ਅੰਦਰ ਇਹਨਾਂ ਕੁੱਟੜਾਂ ਦਾ ਬਣਾਇਆ ਵਾ ਕੁੱਟਣ ਦੇ ਬਾਹਰ ਕਰਦੀ ਆ ਕਿਉਂ ਕੁੱਟਿਆ ਕੀਤੀ ਜਾਵੇ ਜੀ ਅੰਦਰ ਕੁੱਟ ਕੇ ਨਾ ਕਰੋ ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰੀਆਂ ਰਹਿੰਦੀਆਂ ਨੇ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੇ ਵੱਲੋਂ ਜੇਲ੍ਹ ਪ੍ਰਸ਼ਾਸਨ ਤੇ ਉਹਨਾਂ ਨਾਲ ਬੁਰਾ ਸਲੂਕ ਕਰਨ ਦੇ ਇਲਜ਼ਾਮ ਅਕਸਰ ਲਗਾਏ ਜਾਂਦੇ ਨੇ ਇਹੋ ਜਿਹਾ ਹੀ ਇੱਕ ਹੋਰ ਮਾਮਲਾ ਪਟਿਆਲਾ ਦੀ ਜੇਲ੍ਹ ਦੇ ਵਿੱਚ ਸਾਹਮਣੇ ਆਇਆ ਹੈ ਜਿੱਥੇ ਕੈਦ ਦੋ ਕੈਦੀਆਂ ਦੇ ਵੱਲੋਂ ਜੇਲ੍ਹ ਪ੍ਰਸ਼ਾਸਨ ਤੇ ਉਹਨਾਂ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਇਸ ਮਾਮਲੇ ਦੇ ਵਿੱਚ ਪਟਿਆਲਾ ਦੇ ਹਸਪਤਾਲ ਦੇ ਵਿੱਚ ਚੈੱਕਅਪ ਲਈ ਲਿਆਂਦੇ ਗਏ ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਤੇ ਉਹਨਾਂ ਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਉਹਨਾਂ ਕਿਹਾ ਕਿ ਜੇਲ੍ਹ ਦੇ ਹਾਲਾਤ ਬਹੁਤ ਹੀ ਬੁਰੇ ਨੇ ਅਤੇ ਇਸ ਮਾਮਲੇ ਦੀ ਜਲਦੀ ਤੋਂ ਜਲਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਜੇਲ੍ਹ ਦੇ ਵਿੱਚ ਕੈਦੀ ਦੇ ਨਾਲ ਹੋਈ ਕੁੱਟਮਾਰ ਬਾਰੇ ਬੋਲਦੇ ਹੋਏ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਇੱਕ ਫੋਨ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਦੇ ਨਾਲ ਜੇਲ੍ਹ ਦੇ ਵਿੱਚ ਕੁੱਟਮਾਰ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਸ ਤੋਂ ਬਾਅਦ ਉਹ ਪਰੇਸ਼ਾਨ ਹੋ ਰਹੇ ਨੇ ਪਰ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਕਿਹਾ ਕਿ ਜ਼ਿਆਦਾ ਕੁੱਟਮਾਰ ਹੋਣ ਦੇ ਨਾਲ ਇੱਕ ਕੈਦੀ ਦੀ ਰੀੜ੍ਹ ਦੀ ਹੱਡੀ ਦੇ ਗੰਭੀਰ ਸੱਟ ਲੱਗੀ ਹੈ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਅਤੇ ਕੁੱਟਮਾਰ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨੂੰ ਹੈ ਕਿੱਥੇ ਰਹਿੰਦੇ ਸੁਣੀ ਜੀ ਇਹ ਜਲੰਧਰ ਜੀ ਕੀ ਮਾਮਲਾ ਜੀ ਪੂਰਾ ਇਹ ਮਾਮਲਾ ਜੀ ਜਿੱਦਾਂ ਪੁਸ਼ਪਿੰਦਰ ਸਿੰਘ ਜੀ ਨੋਨੀ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਆ ਜੀ ਹਾਂਜੀ 12 ਸਾਲ ਦੀ ਸਜ਼ਾ ਹੋਈ ਵੀ ਉਹਨਾਂ ਨੂੰ ਕਾਹਦੇ ਕੇਸ ਨੂੰ ਇਹ ਕਤਲ ਕੇਸ ਆ ਜੀ ਉਹਨਾਂ ਦੇ ਠੀਕ ਹੈ ਜੀ ਹਾਂਜੀ ਤਾਂ ਸਾਨੂੰ ਜੀ ਇਤਲਾਹ ਮਿਲੀ ਸੀਗੀ ਫੋਨ ਆਇਆ ਸੀ PCO ਤੋਂ ਜੇਲ੍ਹ ਤੋਂ ਜੀ ਤਾਂ ਕਹਿ ਰਹੇ ਸੀ ਕਿ ਤੁਹਾਡੇ ਬੰਦਿਆਂ ਨਾਲ ਕੁੱਟਮਾਰ ਬਹੁਤ ਜ਼ਿਆਦਾ ਹੋਈ ਪਈ ਆ ਜੀ ਸੱਟਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਉਹਨਾਂ ਦੇ ਹਾਂਜੀ ਤਾਂ ਅਸੀਂ ਕੱਲ੍ਹ ਸਵੇਰ ਦੇ ਇੱਥੇ ਘੁੰਮ ਰਹੇ ਹਾਂ ਜੀ ਹਾਂਜੀ ਸਾਡੀ ਨਾ ਜੇਲ੍ਹ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੁਣੀ ਆ ਜੀ ਕੋਈ ਕਿਸੇ ਦੀ ਕੋਈ ਵੀ ਨਹੀਂ ਗੱਲ ਸੁਣਦਾ ਪਿਆ ਜੀ ਸਾਡੀ ਹਾਂਜੀ ਅਸੀਂ ਅੱਕ ਕੇ ਹੁਣ ਹਸਪਤਾਲ ਆਏ ਹਾਂ ਜੀ ਸਾਨੂੰ ਅੱਜ ਹਸਪਤਾਲ ਜੇਲ੍ਹ ਵਾਲੇ ਇਹ ਵੀ ਨਹੀਂ ਦੱਸਦੇ ਪਏ ਸੀ ਕਿ ਕਿਹੜੇ ਹਸਪਤਾਲ ਆਏ ਤੁਹਾਡੇ ਬੰਦੇ ਹਾਂਜੀ ਸੱਟਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਜੀ ਡਿਸਕ ਹਿੱਲੀ ਪਈ ਆ ਜੀ ਪੁਸ਼ਪਿੰਦਰ ਸਿੰਘ ਨੋਨੀ ਦੀ ਅਤੇ ਉਸ ਤੋਂ ਬਾਅਦ ਕੋਈ ਵਕੀਲ ਦਾ ਸਹਾਰਾ ਲਿਆ ਤੁਸੀਂ ਕੋਰਟ ਕਚਹਿਰੀ ਹਾਂਜੀ ਅਸੀਂ ਵਕੀਲ ਸਾਹਿਬ ਜੀ ਕਰਕੇ ਤਾਂ ਫਿਰ ਜੱਜ ਸਾਹਿਬ ਜੀ ਦੇ ਵੀ ਪੇਸ਼ ਹੋਏ ਸੀ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਜੱਜ ਸਾਹਿਬ ਨੇ ਕੀ ਫਿਰ ਆਰਡਰ ਦਿੱਤਾ ਹਾਂਜੀ ਔਰ ਜੱਜ ਸਾਹਿਬ ਜੀ ਨੇ ਆਰਡਰ ਇਹੀ ਦਿੱਤੇ ਸੀ ਕਿ ਸਾਨੂੰ ਕਿ ਤੁਸੀਂ ਜੇਲ੍ਹ ਜਾ ਕੇ ਤਾਂ ਇਹਨਾਂ ਦੀ ਮੈਡੀਕਲ ਰਿਪੋਰਟ ਜਿੱਦਾਂ ਦਿੱਤੀ ਜਾਵੇ ਸਾਰੀ ਕੁਛ ਹੁਣ ਮੈਡੀਕਲ ਕਰਵਾਉਣ ਲੱਗੇ ਹਾਂਜੀ ਹੁਣ ਮੈਡੀਕਲ ਕਰਵਾਉਣ ਆਏ ਆ ਜੀ ਹਸਪਤਾਲ ਕਿੰਨੇ ਲੋਕਾਂ ਨਾਲ ਕੁੱਟਮਾਰ ਹੋਈ ਹੈ ਇਹ 2 ਜਣਿਆਂ ਨਾਲ ਹੋਈ ਆ ਜੀ ਕੁੱਟਮਾਰ ਅੱਛਾ ਤੁਹਾਨੂੰ ਕੀ ਲੱਗਦਾ ਕਿੰਨੇ ਕੁੱਟਮਾਰ ਕੀਤੀ ਹੈ ਇਹ ਜੇਲ੍ਹ ਪ੍ਰਸ਼ਾਸਨ ਨੇ ਕੀਤੀ ਆ ਜੀ ਜੇਲ੍ਹ 'ਚ ਸੀਗੇ ਉਹ ਹਾਂਜੀ ਜੇਲ੍ਹ 'ਚ ਸੀ ਜੀ ਕਾਰਨ ਕੁਛ ਪਤਾ ਲੱਗਿਆ ਵੀ ਕਿਉਂ ਕੁਛ ਪਤਾ ਲੱਗਿਆ ਹੋਵੇ ਫੋਨ ਨਹੀਂ ਕਾਰਨ ਤਾਂ ਨਹੀਂ ਕੁਛ ਇੰਨਾ ਪਤਾ ਲੱਗਾ ਉਹ ਤਾਂ ਸਾਨੂੰ PCO ਤੋਂ ਫੋਨ ਜ਼ਰੂਰ ਆਇਆ ਸੀ ਕਿ ਤੁਹਾਡੇ ਬੰਦੇ ਨੂੰ ਕੁੱਟਮਾਰ ਬਹੁਤ ਜ਼ਿਆਦਾ ਹੋਈ ਆ ਜੀ ਤਾਂ ਪਹਿਲਾਂ ਵੀ ਕਦੇ ਹੋਇਆ ਇੱਦਾਂ ਦਾ ਫੋਨ ਆਇਆ ਹੋਵੇ ਪਹਿਲਾਂ ਵੀ ਤੰਗ ਪਰੇਸ਼ਾਨ ਕਰਦੇ ਹੋਏ ਜੇਲ੍ਹ 'ਚ ਨਹੀਂ ਪਹਿਲਾਂ ਨਹੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਪੰਜਾਬ ਸਾਡੀ ਸਰਕਾਰ ਤੋਂ ਇਹੀ ਮੰਗ ਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਕਿ ਸਾਡੀ ਸੁਣਵਾਈ ਕੀਤੀ ਜਾਵੇ ਜੀ ਜਿਨ੍ਹਾਂ ਨੇ ਗਲਤ ਕਦਮ ਚੱਕਿਆ ਕੁੱਟਮਾਰ ਕੀਤੀ ਆ ਜੀ ਉਹਨਾਂ ਦੇ ਵਿਰੁੱਧ ਐਕਸ਼ਨ ਲਿਆ ਜਾਵੇ ਪਟਿਆਲਾ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਲਗਾਤਾਰ ਜੇਲ੍ਹਾਂ ਦੇ ਵਿੱਚ ਸੁਧਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਪੁਲਿਸ ਤੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਹੁਣ ਇਸ ਮਾਮਲੇ ਦੇ ਵਿੱਚ ਜੇਲ੍ਹ ਪੁਲਿਸ ਵੱਲੋਂ ਕਿਸ ਤਰ੍ਹਾਂ ਆਪਣਾ ਪੱਖ ਰੱਖਿਆ ਜਾਂਦਾ ਹੈ ਇਸ ਤੇ ਨਜ਼ਰ ਬਣੀ ਰਹੇਗੀ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਪੰਜਾਬੀ ਲੋਕ ਚੈਨਲ